सचिकाल मैं अनीता शर्मा खबर लेने तरन तारन तो पंजाब सरकार द्वारा झोने की फसल ली 8 घंटे की बिजली मुहैया करवाने की गल आखी गई है पर किसानों पूरी बिजली ना मिलन कारण काफ़ी समस्यावान का सामना करना पै रहा जिसके चलद उन्होंने वालों लगातार विरोध प्रदर्शन भी किए जा रहे हैं तो इस ही एक अजिहा मामला सामने आया है जिस बिजली बोर्ड के अधिकारियों ने इल्जाम लगाए ने कि किसानों वालों उन्होंने बंदी बना लिया गया तो इस मामले संबंधी जो किसान बचित्र सिंह नाल गलबात की गई तो उन्होंने आख्या कि उन्होंने परिवार वालों तो केवल बिजली बोर्ड के अधिकारियों चाह पानी पिलाया गया सी ते बंदी बनाने वाला कोई मामला नहीं है। इन अधिकारियों वालों सरासर गलत दोष लगाए जा रहे हैं तो इस मामले संबंधी थाना मुखी नाल की गलबात हुई है आओ सुनते हैं। ਜਿੱਤਰ ਸਿੰਘ ਵੀ ਜੀ ਮੇਰਾ ਨਾਮ ਜੀ ਮੈਂ ਪਿੰਡ ਲਾਲਪੁਰ ਦਾ ਜੀ ਲੈ ਆਉਣਾ ਜੀ ਗੱਲਬਾਤ ਜੀ 7-6 ਤਰੀਕ ਨੂੰ ਜੀ ਹੋਇਆ ਜੀ ਗੱਲਬਾਤ ਇਹ ਐਸ ਡੀ ਓਮਨ ਰੋੜਾ ਜਿਹੜਾ ਵਾ ਫੋਕਲ ਪੁਆਇੰਟ ਦਾ ਇਹ ਆਪਣੀ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਡੇ ਨਾਲ ਧੱਕਾਸ਼ਾਹੀ ਕਰਦਾ ਹੋਇਆ ਤੇ ਸਾਡੇ ਜਿਹੜੀ ਮੋਟਰ ਚੱਲਦੀ ਸੀ ਉਹਦੇ ਜੀ ਇਹ ਤਾਰਾਂ ਵੱਢ ਕੇ ਲੈ ਗਿਆ ਜੀ। ਇਹ 7 ਤਰੀਕ ਤੇ 6ਵੇਂ ਮਹੀਨੇ ਦੀ ਗੱਲ ਹੈ ਜੀ 2021 ਸਾਲ। ਹੁਣ ਮੁਸ਼ਕਲ ਇਹ ਆ ਵੀ ਜਾਣ ਬੁੱਝ ਕੇ ਸਾਨੂੰ ਨਾ ਜੀ ਇੱਕ ਹਵਾ ਬਣਾ ਰਿਹਾ ਵਾ ਇਹ ਸਾਡੇ ਜਿਹੜੀ ਸਾਡੇ ਜਿਹੜੇ ਨਾਲ ਦੇ ਭਿਆਲ ਆ ਮੋਟਰ ਜਿਹੜੇ ਟਰਾਂਸਫਾਰਮ ਤੇ ਆ ਉਹਨਾਂ ਨੂੰ ਸਾਡੇ ਨਾਲ ਇਹ ਉਲਟ ਧੜੇਬਾਜ਼ੀ ਖੜੀ ਕਰਨੀ ਚਾਹੁੰਦਾ ਵਾ ਕਿਉਂਕਿ ਉਹ ਸਾਡੇ ਪਿੰਡ ਦੇ ਆ ਸਾਡੇ ਨਾਲ ਉਹਨਾਂ ਆਪਸੀ ਭਾਈਚਾਰਾ ਵਾ ਸਾਡਾ ਉਹਨਾਂ ਨਾਲ ਕੋਈ ਲਗਤਬਾਜ਼ੀ ਨਹੀਂ ਆ ਇਹ ਉਹਨਾਂ ਨੂੰ ਧੜੇਬਾਜ਼ੀ ਦਾ ਕਰਕੇ ਇਹ ਉਹਨਾਂ ਨੂੰ ਕਹਿੰਦਾ ਵਾ ਕਿ ਜਿਹੜੇ ਦੂਜਾ ਜਿਹੜਾ ਬੰਦੀ ਬਣਾਉਣ ਦਾ ਕਾ ਉਹਨਾਂ ਅੱਡੇ ਇਲਜ਼ਾਮ ਲਾਉਣ ਡੇ ਆ ਤੁਸੀਂ ਜਿਹੜਾ ਸਰ ਉਹਨਾਂ 7 ਤਰੀਕ ਨੂੰ ਜਿਹੜੇ ਨਾ ਸਾਡੇ ਲੈਂਡਮੈਨ ਬੁੱਧ ਸਿੰਘ ਤੇ ਲੈਂਡਮੈਨ ਮੁਖਵਿੰਦਰ ਸਿੰਘ ਉਹਨਾਂ ਨੂੰ ਬੰਦੀ ਬਣਾ ਲਿਆ ਵਾ ਇਹ ਸਾਡੇ ਨਾਲ ਕੋਈ ਇਹੋ ਜਿਹਾ ਕੀਤਾ ਨਹੀਂ ਗਿਆ ਕਿਉਂਕਿ ਸਾਰਾ ਪੁਲਿਸ ਪ੍ਰਸ਼ਾਸਨ ਨੇ ਮਾਰ ਕੇ ਮੌਕਾ ਵੇਖਿਆ ਵਾ ਤੇ ਇਹ ਕਿਹੋ ਜਿਹਾ ਕੋਈ ਹੈ ਚੱਕਰ ਨਹੀਂ ਆ ਇਹ ਜਾਣ ਬੁੱਝ ਕੇ ਇਲਜ਼ਾਮ ਲਾ ਰਿਹਾ ਇਹ ਐਸ ਡੀ ਓਮਨ ਰੋੜਾ ਨਾਲ ਆ ਰਿਹਾ ਚੇਅਰਮੈਨ ਪਟਿਆਲੇ ਨੂੰ ਚਿੱਠੀਆਂ ਪਾ ਚੁੱਕੇ ਆ ਤੇ ਚੀਫ ਅੰਬਰਸਰ ਨੂੰ ਪਾਸੇ ਨੇ ਐਕਸ਼ਨ ਸਾਹਿਬ ਦੇ ਦਰਖਾਸਤ ਦੇ ਚੁੱਕੇ ਆ ਤੇ ਐਕਸ਼ਨ ਸਾਹਿਬ ਨੂੰ ਕੀ ਪ੍ਰਸਤ ਹੋਇਆ ਗਿਆ ਐਕਸ਼ਨ ਸਾਹਿਬ ਕਹਿੰਦਾ ਮੈਂ ਕਾਰਵਾਈ ਕਰ ਰਿਹਾ ਵਾਂ ਤੇ ਕੋਈ ਨਹੀਂ ਜੋ ਵੀ ਕਾਰਵਾਈ ਹੋਊਗੀ ਮੈਂ ਤੁਹਾਨੂੰ ਧਿਆਨ 'ਚ ਲਿਆਉਂਗਾ ਜੀ ਤੇ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਾਂ ਪਹਿਲੀ ਵਾਰੀ ਇਸ ਤਰ੍ਹਾਂ ਮਾਮਲਾ ਸਾਹਮਣੇ ਤੁਹਾਡਾ ਇਹ ਨਹੀਂ ਪਹਿਲਾਂ ਵੀ ਜੀ ਇਹਨੇ ਆਣ ਕੇ ਜਿਹੜਾ ਐਸ ਡੀ ਓਮਨ ਰੋੜਾ ਵਾ ਇਹਨੇ ਪਹਿਲਾਂ ਵੀ ਆਪਣੇ ਜੈਈ ਨਾਲ ਰਲ ਕੇ ਤੇ ਇਹਨਾਂ ਸਾਡੀਆਂ ਜਿਹੜੀਆਂ ਦੁਕਾਨਾਂ ਚੱਲ ਰਹੀਆਂ ਸੀ ਉਹਨਾਂ ਨੂੰ ਆਣ ਕੇ ਜੁਰਮਾਨਾ ਨਜਾਇਜ਼ ਪਾਤਾ ਜੀ ਇਹਨੇ ਜੀ ਕਿੰਨਾ ਜੁਰਮਾਨਾ ਪਾਇਆ ਸੀ ਉਹ 55,000 ਤੇ ਕੁਝ ਪੈਸੇ ਪਾਇਆ ਸੀ ਇਹਨਾਂ ਨੇ ਤੇ ਉਸ ਜੁਰਮਾਨੇ ਦਾ ਕੀ ਬਣਿਆ ਬਾਅਦ ਚ ਉਹਦੇ ਸਬੰਧ ਵਿੱਚ ਮੜ ਕੇ ਅਸੀਂ ਜੀ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਅਸੀਂ ਵੇਖੋ ਸੈਸ਼ਨ ਕੋਰਟ ਗਏ ਆ ਉੱਥੇ ਅਸੀਂ ਜਾ ਕੇ ਜਦੋਂ ਪੀ ਉੱਥੇ ਆਪਣੀ ਪਾਈ ਬੇਨਤੀ ਕੀਤੀ ਵੀ ਹਾਂ ਸਾਨੂੰ ਨਜਾਇਜ਼ ਧੱਕਾ ਕੀਤਾ ਗਿਆ ਵਾ ਉੱਥੇ ਸਾਨੂੰ ਉਹਨੇ ਜੱਜ ਸਾਹਿਬ ਨੇ ਸਟੇ ਲਾ ਦਿੱਤਾ ਜੀ ਉਹਦੀ ਸਾਨੂੰ ਕੇਸ ਚੱਲ ਰਿਹਾ ਜੀ ਤੇ ਇਹਨੇ ਉਹ ਸਟੇ ਦੀ ਰੰਜਿਸ਼ ਰੱਖ ਕੇ ਤੇ ਇਹਨਾਂ ਜਿਹੜੇ ਜੀ 7 ਤਰੀਕ ਨੂੰ ਜਦੋਂ ਟਰਾਫਰ ਨਵਾਂ ਚੜਦਾ ਵਾ ਉਹਦੇ ਨੇ ਪੁਲਿਸ ਪ੍ਰਸ਼ਾਸਨ ਲਿਆ ਕੇ ਨਾਲ ਬਿਜਲੀ ਨਾਲ ਲੈ ਕੇ ਇਹਨੇ ਆ ਕੇ ਸਾਡੇ ਜਿਹੜੀ ਮੋਟਰ ਦੀਆਂ ਤਾਰਾਂ ਵੱਢ ਕੇ ਲੈ ਜਾਂਦਾ ਜੀ ਕਿਉਂ ਜਿਹੜੇ ਇੱਕ ਬੰਦੀ ਬਣਾਉਣ ਦਾ ਮਸਲਾ ਸਾਹਮਣੇ ਆ ਰਿਹਾ ਜਿਹੜਾ ਬੰਦੀ ਬਣਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਬੰਦੀ ਬਣਾਉਣ ਦਾ ਮਸਲਾ ਹੈ ਕੀ ਕਿਹਨੂੰ ਬੰਦੀ ਬਣਾਇਆ ਕਿਉਂ ਬਣਾਇਆ ਮਸਲਾ ਨਹੀਂ ਜੀ ਉੱਥੇ ਲੈਂਡਮੈਨ ਉਹਦੇ ਨਾਲ ਫਿਓ ਸੁੱਡੇ ਸੀ ਉਹਦੇ ਆਪਣੇ ਟਰਾਫਰਮ ਦੇ ਉਹ ਫੇਸ ਪਾਉਣ ਆਏ ਸੀ ਲੈਂਡਮੈਨ ਬੁੱਧ ਸਿੰਘ ਤੇ ਮੁਖਵਿੰਦਰ ਸਿੰਘ ਜੀ ਤੇ ਇਹਨਾਂ ਪਹਿਲਾਂ ਹੀ ਸੋਚੀ ਸਮਝੀ ਸਾਜ਼ਿਸ਼ ਸੀ ਕਿ ਅਸੀਂ ਆ ਫੇਸ ਪਾਉਣ ਆਵਾਂਗੇ ਤੇ ਇਹਨਾਂ ਦੇ ਘਰ ਆਣ ਕੇ ਬਹਿ ਜਾਵਾਂਗੇ ਚਾਹ ਪਾਣੀ ਪੀਵਾਂਗੇ ਤੇ ਜਦੋਂ ਚਾਹ ਪਾਣੀ ਪੀਵਾਂਗੇ ਤਾਂ ਉਦੋਂ ਇਹਨਾਂ ਨੇ ਇਹੋ ਸਿਆਸਤ ਘੜ ਲਈ ਕਿ ਹੁਣ ਇਹਨਾਂ ਫੋਨ ਐਸਡੀ ਨੂੰ ਕਰਤਾ ਵੀ ਸਾਨੂੰ ਇਹਨਾਂ ਬੰਦੀ ਬਣਾ ਲਿਆ ਹੁਣ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਜਸ ਇਹੋ ਮੰਗ ਕਰਦੇ ਆ ਵੀ ਇਹ ਜਿਹੜਾ ਐਸਡੀ ਓਮਨ ਰੋੜਾ ਵਾ ਇਹ ਜਾਣ ਬੁੱਝ ਕੇ ਸਾਨੂੰ ਪਿੰਡਾਂ 'ਚ ਧੜੇ ਬਾਈਆਂ ਬਣਾ ਕੇ ਲੜਾਉਣਾ ਚਾਹੁੰਦਾ ਵਾ ਇਹਨੂੰ ਇਥੋਂ ਬਦਲਿਆ ਜਾਵੇ ਨਾ ਭਾਈ ਤੁਹਾਡਾ ਮੇਰਾ ਨਾਮ ਬੋਸ ਸਿੰਘ ਤੇ ਜਿਹੜੀ ਲਾਵਲਪੁਰ ਦੇ ਘਟਨਾ ਵਾਪਰੀ ਆ ਕੋਈ ਬੰਦੀ ਬਣਾਉਣ ਦਾ ਮਸਲਾ ਸਾਹਮਣੇ ਆਇਆ ਕਿ ਸਰ ਕੀ ਗੱਲਬਾਤ ਹੋਈ ਹੈ ਜੀ ਸਰ ਜੀ ਉਹਨਾਂ ਆਪਣੇ ਸਾਨੂੰ ਇੱਕ ਗਏ ਫੇਸ ਢਾਏ ਹੀ ਇਹਨਾਂ ਖਪਤਕਾਰਾਂ ਨੇ ਅਰਥ ਦਾ ਜਿਹੜਾ ਹੈਗਾ ਹੀ ਮਸਲਾ ਇਹਨਾਂ ਦਾ ਇਹ ਆਂਦੇ ਸਾਨੂੰ ਅਰਥ ਚੌਥੀ ਤਾਰ ਪਾ ਕੇ ਦੋ ਇਹ ਆਪ ਚਲੋ ਮੁੜ ਕੇ ਪਹਿਲਾਂ ਟਾਰਫਨ ਸੜਿਆ ਹੋਇਆ ਹੈ ਅੱਛਾ ਜੀ ਤੇ ਮੁੜ ਕੇ ਉਹ ਲਾ ਕੇ ਤੇ ਚਲੋ ਉਹ ਚਲਾਉਂਦੇ ਸੀ ਵਿਰੋਧੀ ਪਾਰਟੀ ਫਿਰ ਜਾ ਕੇ ਉੱਥੇ ਐਸਡੀਓ ਸਾਹਿਬ ਦੇ ਪੇਸ਼ ਹੋਏ ਅੱਛਾ ਜੀ ਉਹਨਾਂ ਸਾਨੂੰ ਚਲੋ ਆਖਿਆ ਜਾ ਕੇ ਤੁਸੀਂ ਫੇਸ ਪਾ ਕੇ ਤੇ ਲਾਈਨ ਚਲਾ ਦਿਓ ਠੀਕ ਹੈ ਜੀ ਅਸੀਂ ਲਾਈਨ ਚਲਾਤੀ ਆ ਤੇ ਮੁੜ ਕੇ ਇਹਨਾਂ ਸਾਨੂੰ ਅਰਥ ਜੋੜਨ ਦੀ ਕਿਹਾ ਸੀ ਅਰਥ ਨਹੀਂ ਜੁੜੀ ਉਹ ਠੀਕ ਹੈ ਤੇ ਮੁੜ ਕੇ ਬਾਅਦ ਚ ਇਹਨਾਂ ਦੇ ਬੂਹੇ ਗਾੜੀ ਆਣ ਕੇ ਤੇ ਇਹਨਾਂ ਫੇਰ ਸਾਨੂੰ ਬਾ ਲਿਆ ਵਾ ਇਹ ਕੋਈ ਤੁਹਾਡੇ ਸਰਟੀਫਿਕੇਟ ਲਾਈ ਇਹਨਾਂ ਨੇ ਕਿਸ ਤਰ੍ਹਾਂ ਬੰਦੀ ਕਿਦਾਂ ਬਣਾਈ ਸਰਟੀਫਿਕੇਟ ਨਹੀਂ ਲਾਈ ਉਹਨਾਂ ਸਾਨੂੰ ਬਾਅਦ ਛੱਡਿਆ ਵਾ ਇਹੋ ਹੀ ਆਂਦੇ ਸੀ ਐਸਡੀਓ ਸਾਹਿਬ ਆਵੇ ਤੇ ਫੇਰ ਸਾਨੂੰ ਛਡਾ ਦੇ ਸਾਡਾ ਅਰਥ ਜੁੜੂਗਾ ਤੇ ਫੇਰ ਐਸਡੀਓ ਸਾਹਿਬ ਮੌਕੇ ਤੇ ਪਹੁੰਚੇ ਸੀਗੇ ਐਸਡੀਓ ਸਾਹਿਬ ਵੀ ਆਏ ਸਾਡੇ ਜਈ ਸਾਹਿਬ ਵੀ ਆਏ ਫਿਰ ਪੁਲਿਸ ਮੁਲਾਜ਼ਮ ਵੀ ਆਏ ਤੇ ਕੀ ਪੁਲਿਸ ਵੱਲੋਂ ਕਿ ਤੁਸੀਂ ਕੋਈ ਦਰਖਾਸਤ ਦਿੱਤੀ ਸੀ ਪੁਲਿਸ ਨੂੰ ਅਸੀਂ ਨਹੀਂ ਦਿੱਤੀ ਉਹ ਜਾਂ ਦੇ ਉਹ ਖਪਤਕਾਰਾਂ ਦਿੱਤੀ ਆ ਤੇ ਜਾਂ ਆਪਣੇ ਐਸਡੀਓ ਸਾਹਿਬ ਨਾਲ ਲਿਖ ਕੇ ਇਹਦੇ ਬਾਰੇ ਸਾਨੂੰ ਨਹੀਂ ਲਾਉਂ ਮਤਲਬ ਕਿ ਬੰਦੀ ਬਣਾਉਣ ਸੰਬੰਧੀ ਤੁਸੀਂ ਗੱਲਬਾਤ ਕੋਈ ਤੁਹਾਡੀ ਆਪਣੇ ਪੁਲਿਸ ਅਧਿਕਾਰੀਆਂ ਤੱਕ ਪਹੁੰਚਾਈ ਤੁਸੀਂ ਕਿ ਬੰਦੀ ਬਣਾਇਆ ਸਾਨੂੰ ਇਹਨਾਂ ਨੇ ਉਹ ਪੁਲਿਸ ਮੁਲਾਜ਼ਮਾਂ ਉਦੋਂ ਸਾਡੇ ਕੋਲ ਜਿਸ ਤਰ੍ਹਾਂ ਹੁਣ ਤੁਸੀਂ ਬਿਆਨ ਲੈਣ ਦੇ ਇਸ ਤਰ੍ਹਾਂ ਹੀ ਉਹਨਾਂ ਵੀ ਸਾਨੂੰ ਬਿਆਨ ਲਏ ਅੱਛਾ ਜੀ ਤੇ ਮਸਲਾ ਹੈ ਕੀ ਸਰ ਮਤਲਬ ਕਿ ਕਾਹਦਾ ਕਰਕੇ ਜਿਹੜਾ ਬੰਦੀ ਬਣਾਉਂਦਾ ਕਰਦਾ ਹੈ ਜੀ ਇਹ ਉਹ ਆਂਦੇ ਹੀ ਘਰੇਲੂ ਜਿਸ ਤਰ੍ਹਾਂ ਇਹ ਘਰ ਦਾ ਲੋਡ ਜਿਸ ਤਰ੍ਹਾਂ 24 ਘੰਟੇ ਨਾਲ ਯੂਪੀਐਸ ਸਪਲਾਈ ਹੋਰ ਬੰਨਿਓ ਚੱਲਦੀ ਪਈ ਨਰੰਗਾਵਾ ਤੇ ਉਹ ਰੂਲਰ ਸਪਲਾਈ ਚ ਚੱਲਦੀ ਉਹਦੇ ਸਬੰਧ ਚ ਜਿਹੜਾ ਵਾ ਉਹ ਫੇਸ ਉੱਡ ਜਾਂਦਾ ਹੈ ਕਿਉਂਕਿ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਮੌਕੇ ਦੇ ਉੱਪਰ ਸਾਡੇ ਗਵਾਹ ਵੀ ਮੌਜੂਦ ਨੇ ਸੀ ਕਿ ਇਹਨਾਂ ਨੂੰ ਬੰਦੀ ਨਹੀਂ ਬਣਾਇਆ ਸਿਰਫ ਬੈਠੇ ਸੀਗੇ ਆਰਾਮ ਦੇ ਨਾਲ ਚਾਹ ਪਾਣੀ ਵਗੈਰਾ ਪੀ ਰਹੇ ਸੀ ਕੋਈ ਗੱਲਬਾਤ ਇਸ ਤਰ੍ਹਾਂ ਦੀ ਬੰਦੀ ਬਣਾਉਣ ਵਾਲੀ ਗੱਲ ਨਹੀਂ ਸੀ ਸਿਰਫ ਅਸੀਂ ਕਿਹਾ ਕਿ ਬੈਠੋ ਨਹੀਂ ਭਾਈ ਜਦੋਂ ਅਸੀਂ ਕੰਮ ਕਰ ਲਿਆ ਸੀ ਅਸੀਂ ਤੇ ਹੁਣ ਜਦੋਂ ਕਰ ਲਿਆ ਤੇ ਅਸੀਂ ਜਾਣਾ ਸੀ ਸਾਡੇ ਕੋਲ ਹੋਰ ਵੀ ਕੰਮ ਹੈਗੇ ਅੱਛਾ ਜੀ
जिहड़ा मौके पर ड्यूटी अफसर को भेज के चैक किया गया उस टाइम तो यहोजी कोई गल नहीं सामने आई। बट जी भी इन्हों की अभी तक दरखास्त आ इन्ना मानयोग एस एस पी साहब ने दी सू नहीं मिली मिलन से जी बनती कार्रवाई की। तरन तारण तो ब्यूरो रिपोर्ट। फ्री लीफ आयुर्वैदिक ऑयल 125 बीमारियों का संपूर्ण इलाज जिमें गठिया सर्वाइकल माइग्रेन अते शरीर विच किसी भी किस्म की दर्द क्यों ना हुंदी होवे इत्थों तक कि ब्लॉकेज दे नाल बनिया कई बीमारियों का इको एक इलाज है फ्री रिलीफ आयुर्वैदिक ऑयल यानी कि 125 बीमारियों का संपूर्ण इलाज। फ्री रिलीफ विजिलैक्स वेट लूज मोटापे तो परेशान होने की जरूरत नहीं वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियांदा है रौनक। फ्री रिलीफ पावर कब्ज तो परेशान होने की हुण जरूरत नहीं है कब्ज तो छुटकारा पाउण लई आ गया कब्ज हर चूरन। कब्ज हर चूरन नू अपनाओ ते कब्ज तो छुटकारा पाओ। हुण तक लखां मरीज लै चुके ने फायदा वधेरे जानकारी लई तुसी संपर्क कर सकते हो 9478484087 नंबर एक बार फिर तुसी नोट कर सकते हो 9478484087।